ਗਵਾਈ ਮੇਰੇ ਵੀਜ਼ੇ ਦੀ ਹੈ ਜੋ ਕਿ ਮੈਂ 10-12 ਸਾਲ ਤੋਂ ਟਰਾਈ ਕਰ ਰਹੀ ਸੀ ਫੋਰਨ ਜਾਣ ਵਾਸਤੇ ਬਟ এজেন্টস ਕੋ ਜਾ ਜਾ ਕੇ ਮੈਂ ਥੱਕ ਚੁੱਕੀ ਸੀ ਕਿ ਕਿਤੇ ਮਤਲਬ ਕਿ ਵੀਜ਼ਾ ਲੱਗਦਾ ਹੀ ਨਹੀਂ ਸੀ ਅੰਬੈਂਸੀ ਵਾਲੇ ਕੋਈ ਨਾ ਕੋਈ ਬਾਹਾਨਾ ਮਾਰ ਕੇ ਵੀਜ਼ਾ ਕੈਨਸਲ ਕਰ ਦਿੰਦੇ ਸੀਗੇ ਤੇ ਕਿੰਨੇ ਸਾਲ ਤੋਂ ਟਰਾਈ ਕਰ ਰਹੇ ਸੀ ਬਾਬਾ ਜੀ ਮੈਂ 10 ਸਾਲ ਤੋਂ ਟਰਾਈ ਕਰ ਰਹੀ ਹਾਂ 10-12 ਸਾਲ ਤੋਂ ਉਹ ਤੇ ਲੱਖਾਂ ਰੁਪਏ ਦਾ ਖਰਾਬ ਹੋ ਗਿਆ ਇਦਾਂ ਹੀ ਹਾਂਜੀ ਹੂੰ ਚਰਚ ਕਰਦੋਂ ਤੋਂ ਮੈਂ ਸ਼ੁਰੂ ਕੀਤਾ ਮੈਂ 2 ਸਾਲ ਹੋ ਗਏ ਮੈਨੂੰ ਚਰਚ ਆਂਦੇ ਨੂੰ ਹੂੰ 24 ਮਾਰਚ ਨੂੰ ਮੈਂ ਫੇਰ 32ਵਾਂ ਲਿਆ ਸੀ ਉਸ ਤੋਂ ਪਹਿਲਾਂ 3-4 ਮਹੀਨੇ ਨਾਲ 2 ਸਾਲ ਹੋ ਗਏ ਮੈਨੂੰ ਆਂਦੇ ਨੂੰ ਚਰਚ ਤੇ ਫਿਰ ਮੈਂ ਜਦੋਂ ਤੁਸੀਂ ਪ੍ਰੋਫੈਸੀ ਕਰਦੇ ਸੀਗੇ ਕਿ ਜਿਹਨਾਂ ਦੇ ਵਿੱਚ ਜਿੰਦਾਂ ਦੇ ਵੀ ਫਾਈਲ ਹੈਗੀ ਆ ਵੀਜ਼ੇ ਜ਼ਰੂਰ ਲੱਗਣਗੇ ਸ਼ੋਰ ਲੱਗਣਗੇ ਮੈਂ ਉਹਨੂੰ ਰਿਸੀਵ ਕੀਤਾ ਔਰ ਜੇ ਪਹਿਲਾਂ ਸਗੋ ਜਿਹੜੀ ਮੈਂ ਫਾਈਲ ਲੈ ਕੇ ਜਾਂਦੀ ਸੀਗੀ ਉਹਦੇ ਵਿੱਚ ਤਾਂ ਬਿਲਕੁਲ ਵੀ ਇੰਨੀ ਵਧੀਆ ਮੈਂ ਫਾਈਲ ਲੈ ਕੇ ਜਾਂਦੀ ਸੀ ਤਾਂ ਵੀ ਨਹੀਂ ਸੀ ਵੀਜ਼ਾ ਲੱਗਦਾ ਇਸ ਵਾਰ ਮੈਂ ਸਿਰਫ ਪਾਸਪੋਰਟ ਦਿੱਤਾ ਕੋਈ ਫਾਈਲ ਨਹੀਂ ਕੋਈ ਕੁਝ ਨਹੀਂ ਇਵਨ ਕੀ ਮੈਨੂੰ ਕੁਝ ਨਹੀਂ ਪੁੱਛਿਆ ਉਥੇ ਮੈਂਸੀ ਵਾਲਿਆਂ ਨੇ ਇੱਦਾਂ ਫੜਾਫੜ ਵੀਜ਼ਾ ਦਿੱਤਾ ਨਹੀਂ ਕਿਹੜੇ ਦੇਸ਼ ਦਾ ਵੀਜ਼ਾ ਮਿਲਿਆ ਤੁਹਾਨੂੰ ਪੈਰੈਂਟਸ ਦਮਨ ਇਟਲੀ ਸਵਿਟਜ਼ਰਲੈਂਡ ਨਹੀਂ ਕਿੰਨੇ ਦੇਸ਼ਾਂ ਦਾ 26 ਕੰਟਰੀ ਉਹ ਤਾਰੀਫ ਨਹੀਂ ਚਰਚ 26 ਕੰਟਰੀਆਂ ਦਾ ਵੀਜ਼ਾ ਤੁਹਾਨੂੰ ਮਿਲੇ ਆ ਤੁਸੀਂ ਨਿਸ਼ਾਨਗਨ ਵੀਜ਼ਾ ਪੱਕੇ ਨੇ ਹਾਂਜੀ ਤੇ ਇਹ ਲਿਖਿਆ ਕਿ ਤੁਸੀਂ ਡਿਲੇ ਦੀ ਸਪਿਰਿਟ ਨੂੰ ਡਾਂਟਦੇ ਸੀਗੇ ਜਦੋਂ ਆਪਾਂ ਹਾਂਜੀ ਤੇ ਡਿਲੇ ਦੀ ਸਪਿਰਿਟ ਨੂੰ ਹਾਂਜੀ ਹਾਂਜੀ ਪਾਪਾ ਜੀ ਮੈਂ ਉਸ ਪ੍ਰੋਫੈਸਰ ਨੂੰ ਰਿਸੀਵ ਕਰਦੀ ਸੀਗੀ ਮੈਨੂੰ ਪੱਕਾ ਵਿਸ਼ਵਾਸ ਸੀ ਕਿ ਹਾਂ ਮੇਰਾ ਵੀਜ਼ਾ ਲੱਗੂਗਾ ਫਾਈਲ ਜਿੱਦਾਂ ਦੀ ਵੀ ਹੈ ਜੋ ਵੀ ਹੈ ਤੇ ਉੱਥੇ ਵੀ ਮੈਂ ਮੈਂਸੀ ਵਿੱਚ ਮੈਨੂੰ ਜਿਹੜਾ ਤੁਸੀਂ ਹੈਂਕੀ ਭੇਜਿਆ ਸੀਗਾ ਪੋਸਟਾ ਹੀ ਉਹ ਵੀ ਮੈਂ ਨਾਲ ਲੈ ਕੇ ਗਈ ਸੀ ਤਾਂ ਹੀ ਆਮੈਂਸੀ ਵਾਲਿਆਂ ਨੇ ਮੈਨੂੰ ਕੁਝ ਵੀ ਨਹੀਂ ਪੁੱਛਿਆ ਮੇਰੇ ਕੋਲ ਇਤਨੀ ਹਸੀ ਆ ਰਹੀ ਇਸ ਟਾਈਮ ਕਿ ਲੋਕ ਜੋ ਉਸੇ ਸਿਰਫ ਰੁਮਾਲ ਸਮਝਦੇ ਹਨ ਉਹ ਕਿੰਨੇ ਬੇਵਕੂਫ ਔਰ ਜੋ ਉਸੇ ਅਨੋਇੰਟਡ ਰੁਮਾਲ ਸਮਝਦੇ ਉਹ ਕਿਤਨੇ ਸਮਝਦਾਰ ਤੇ ਲਿਖਿਆ ਕਿ ਤੂੰ ਇੰਨੀ ਵਾਰੀ ਵੀਜ਼ਾ ਲਗਾਇਆ ਇੰਨੀ ਵਾਰੀ ਤੁਸੀਂ ਟਰਾਈ ਕੀਤਾ ਤੁਸੀਂ ਹੁਣ ਕਹਿਤਾ ਸੀਗਾ ਕਿ ਮੈਂ ਲਾਣਾ ਹੀ ਨਹੀਂ ਕਦੀ ਵੀ ਹਾਂਜੀ ਹੁਣ ਮੈਂ ਮੈਂ ਟਰਾਈ ਨਹੀਂ ਕਰਨਾ ਕਦੀ ਹਾਂਜੀ ਹੁਣ ਮੈਂ ਸੋਚਿਆ ਸੀ ਹੁਣ ਮੈਂ ਕਦੀ ਟਰਾਈ ਹੀ ਨਹੀਂ ਕਰਾਂ ਤੇ ਲਿਖਿਆ ਵੀ ਆਪਣੇ ਬੀਜ ਨੂੰ ਆਪਣੇ ਟਾਈਟ ਨੂੰ ਦਸ਼ਵੰਦ ਨੂੰ ਪੂਰੀ ਵਫਾਦਾਰੀ ਨਾਲ ਬੁੰਦੇ ਰਹੇ ਹਾਂਜੀ ਔਰ ਦਿੰ ਕਿਹਾ ਕਿ ਜਦੋਂ ਇੱਕ ਦਿਨ ਦੱਸਿਆ ਗਿਆ ਕਿ ਆਪਣੇ ਡਾਕੂਮੈਂਟ ਨੂੰ ਬਲੈਸ ਕਰੋ ਕਿਉਂਕਿ ਵੀਜ਼ਾ ਸਪੀਡ ਦੇ ਨਾਲ ਤੁਹਾਡੇ ਕੋਲ ਆ ਰਿਹਾ ਔਰ ਤੁਸੀਂ ਕੰਟਰੀਆਂ ਚੂਜ਼ ਕਰੋਗੇ ਕਿੱਥੇ ਜਾਣਾ ਹਾਂਜੀ ਜਦੋਂ ਮੈਂ ਨਾ ਵੀਜ਼ਾ ਲੈਣ ਗਈ ਤੇ ਮੈਨੂੰ ਜਿਹੜ ਨੇ ਕਿਹਾ ਚ ਹਜੇ 10-15 ਦਿਨ ਲੱਗ ਜਾਣੇ ਆ ਵੀਜ਼ਾ ਨੂੰ ਤੇ ਮਤਲਬ ਕਿ ਜੋ ਰਮਾਲ ਲੈ ਕੇ ਗਈ ਸੀ ਨਾ ਨਾਲ ਮੈਂ ਮੈਨੂੰ ਵਿਸ਼ਵਾਸ ਸੀਗਾ ਮਤਲਬ ਕਿ ਵੀਜ਼ਾ ਤਾਂ ਚਲੋ ਸ਼ੋਰ ਹੀ ਆ ਉਹ ਕਹਿੰਦਾ ਸੀ ਚਲੋ 10-15 ਦਿਨ ਲੱਗ ਜਾਣੇ ਔਰ ਨੈਕਸਟ ਡੇ ਹੀ ਮੈਨੂੰ ਫੋਨ ਆ ਗਿਆ ਕਿ ਤੁਹਾਡਾ ਵੀਜ਼ਾ ਸ਼ੋਰ ਹੈ ਪਾਸਪੋਰਟ ਆ ਗਿਆ ਕਿੰਨੇ ਕੰਟਰੀਆਂ ਦਾ 26 26 ਕੰਟਰੀਜ਼ ਦਾ ਵੀਜ਼ਾ ਉਹਦੇ ਚ ਕਿਹੜੇ ਕਿਹੜੇ ਕੰਟਰੀਆਂ ਉਹਦੇ ਚ ਪੈਰਿਸ ਇਟਲੀ ਜਰਮਨ ਸਵਿਟਜ਼ਰਲੈਂਡ ਆਕਲੈਂਡ ਨੀਦਰਲੈਂਡ ਜਿਹੜੇ ਜਿਹੜੇ ਕੰਟਰੀ ਤੋਂ ਸਪਨਾ ਲੈਂਦੇ ਹੋ ਉਹਨਾਂ ਦੀ ਗੱਲ ਕਰ ਰਹੇ ਹਾਂ ਸਵਿਟਜ਼ਰਲੈਂਡ ਇਟਲੀ ਫਰਾਂਸ ਜਰਮਨੀ ਔਰ ਜੀਜ਼ਸ ਕ੍ਰਾਈਸਟ